ਜਾਦੂ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਬਣੇ ਹੋਏ ਹਨ ਅਤੇ ਲੋਕਾਂ ਦੇ ਤਰਕ ਵੀ ਇਸ ਨੂੰ ਲੈ ਕੇ ਵੱਖਰੇ ਵੱਖਰੇ ਹਨ। ਕੁੜੀ ਨੂੰ ਅੱਧ ਵਿਚਾਲੋਂ ਕੱਟ ਕੇ ਦੋ ਹਿੱਸਿਆਂ ਵਿੱਚ ਵੰਡ ਦੇਣਾ, ਕੁੜੀ ਨੂੰ ਹਵਾ ਵਿੱਚ ਉਡਾਉਣਾ, ਕਈ ਅਜਿਹੇ ਕਰਤਬ ਜਾਦੂਗਰ ਵੱਲੋਂ ਵਿਖਾਏ ਜਾਂਦੇ ਹਨ ਜਿਸ ਨੂੰ ਵੇਖ ਕੇ ਬੱਚਿਆਂ ਅਤੇ ਵੱਡਿਆਂ ਨੂੰ ਅਚਰਜ ਹੁੰਦਾ ਹੈ। ਅਸਲ ਵਿੱਚ ਜਾਦੂ ਹੈ ਕੀ? ਇਸ ਬਾਰੇ ਜਾਦੂ ਦੇ ਇਸ ਧੰਦੇ 'ਚ ਆਪਣੇ ਆਪ ਨੂੰ ਸਭ ਤੋਂ ਛੋਟੀ ਉਮਰ ਦਾ ਜਾਦੂਗਰ ਹੋਣ ਦਾ ਦਾਅਵਾ ਕਰਨ ਵਾਲੇ ਗੌਰਵ ਸਮਰਾਟ ਕਹਿੰਦੇ ਹਨ ਕਿ ਜਾਦੂ ਸਿਰਫ ਇੱਕ ਕਲਾ ਹੈ ਅਤੇ ਹੱਥ ਦੀ ਸਫਾਈ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਸੂਬਾ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਆਪਣੀ ਜਾਦੂ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਜਾਦੂਗਰ ਗੌਰਵ ਸਮਰਾਟ ਹੁਣ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪਹੁੰਚੇ ਹਨ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਾਦੂ ਇੱਕ ਕਲਾ ਹੈ ਪਰ ਇਸ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ ਪੈਦਾ ਕੀਤੇ ਜਾਂਦੇ ਹਨ ਪਰ ਇਹ ਸਭ ਝੂਠ ਹੈ। ਜਾਦੂ ਨੂੰ ਲੈ ਕੇ ਤੰਤਰ ਮੰਤਰ ਜਿਹਾ ਅੰਧ ਵਿਸ਼ਵਾਸ ਜੋ ਫੈਲਿਆ ਹੋਇਆ ਹੈ ਉਸ ਨੂੰ ਦੂਰ ਕਰਨਾ ਹੀ ਉਹਨਾਂ ਦਾ ਮਕਸਦ ਹੈ। ਉਹ ਕਹਿੰਦੇ ਹਨ ਕਿ ਜਾਦੂ ਦੇ ਸ਼ੋਅ ਵਿੱਚ ਸਮਾਜ ਵਿੱਚ ਫੈਲੀਆਂ ਤਰ੍ਹਾਂ ਤਰ੍ਹਾਂ ਦੀ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਇੱਕ ਨਵੀਂ ਸੇਧ ਦੇਣੀ ਉਹਨਾਂ ਦੀ ਪਹਿਲ ਹੈ ਤਾਂ ਜੋ ਲੋਕ ਮਨੋਰੰਜਨ ਦੇ ਨਾਲ ਇਹਨਾਂ ਕੁਰੀਤੀਆਂ ਤੋਂ ਬਚ ਸਕਣ। ਜਾਦੂ ਸਿਰਫ ਇੱਕ ਕਲਾ ਹੈ, ਇੱਕ ਹੱਥ ਕੀ ਸਫਾਈ ਹੈ ਔਰ ਇਸ ਕੇ ਇਲਾਵਾ ਕੁਛ ਨਹੀਂ ਹੈ। ਜੋ ਲੋਕ ਤੰਤਰ ਮੰਤਰ ਵਿੱਦਿਆ ਸ਼ਕਤੀ ਐਸਾ ਲੋਕ ਕਹਿਤੇ ਹੈ ਐਸਾ ਕੁਛ ਨਹੀਂ। ਮੇਰਾ ਮਕਸਦ ਇਹ ਹੈ ਕਿ ਜੋ ਅੰਧ ਵਿਸ਼ਵਾਸ ਮੇਂ ਲੋਕ ਫੈਲੇ ਉਸਕੋ ਦੂਰ ਕਰਨਾ। ਹਮਾਰੇ ਸ਼ੋਅ ਮੇਂ ਜਾਦੂ ਦਿਖਾਨਾ ਹੀ ਨਹੀਂ, ਜਾਦੂ ਕੇ ਸਾਥ ਸਾਥ ਜੈਸੇ ਕਿ ਕੰਨਿਆ ਭਰੂਣ ਹੱਤਿਆ, ਬੇਟੀ ਬਚਾਓ ਬੇਟੀ ਪੜ੍ਹਾਓ ਔਰ ਨਸ਼ੇ ਕੇ ਪ੍ਰਤੀ ਜੈਸੇ ਕਿ ਪੰਜਾਬ ਮੇਂ ਨਸ਼ਾ ਬਹੁਤ ਫੈਲ ਰਹਾ ਹੈ ਉਸਕੇ ਪ੍ਰਤੀ ਆਈਟਮ ਹੈ, ਮਤਲਬ ਲੋਕੋ ਕੋ ਮੈਸੇਜ ਦਿਆ ਜਾਤਾ ਹੈ ਕਿ ਨਸ਼ਾ ਨਹੀਂ ਕਰਨਾ ਚਾਹੀਏ ਔਰ ਦੇਸ਼ ਕੇ ਸ਼ਹੀਦੋ ਕੋ ਸਲਾਮੀ ਹੈ। ਮਤਲਬ ਕਿ ਇੱਕ ਐਸਾ ਸ਼ੋਅ ਹੈ ਕਿ ਮਿਕਸਰਨ ਹੈ ਜਹਾਂ ਪੇ ਪਬਲਿਕ ਕੋ ਜਾਦੂ ਦੇਖਨੇ ਕੇ ਸਾਥ ਸਾਥ ਸਿੱਖਨੇ ਕੋ ਬਹੁਤ ਕੁਛ ਮਿਲੇਗਾ। ਇਸ ਮੌਕੇ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਜਾਦੂ ਅਰਥਾਤ ਹੱਥ ਦੀ ਸਫਾਈ ਨੂੰ ਬੜੀ ਹੀ ਸਫਾਈ ਨਾਲ ਕਰਕੇ ਵਿਖਾਇਆ। ਉਹਨਾਂ ਦਾ ਕਹਿਣਾ ਹੈ ਕਿ ਉਹ ਵੀ ਸਮਾਜ ਦਾ ਹਿੱਸਾ ਹਨ ਅਤੇ ਜਦ ਸਮਾਜ ਵਿੱਚ ਫੈਲੇ ਨਸ਼ੇ ਕੰਨਿਆ ਭਰੂਣ ਹੱਤਿਆ ਨੂੰ ਵੇਖਦੇ ਹਨ ਤਾਂ ਦਿਲ ਨੂੰ ਠੇਸ ਪਹੁੰਚਦੀ ਹੈ। ਇਸ ਲਈ ਇਹੀ ਸੋਚਿਆ ਗਿਆ ਹੈ ਕਿ ਕਿਉਂ ਨਾ ਜਾਦੂ ਦੇ ਰਾਹੀਂ ਲੋਕਾਂ ਦੇ ਦਿਲਾਂ 'ਚ ਘਰ ਕਰਕੇ ਬੈਠੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬਾਹਰ ਕੱਢਣ ਦਾ ਉਪਰਾਲਾ ਕੀਤਾ ਜਾਵੇ। ਜੈਸੇ ਕਿ ਪੰਜਾਬ ਮੇਂ ਲੋਕ ਨਸ਼ੇ ਮੇਂ ਗਿਰ ਰਹੇ ਹੈ, ਨਸ਼ਾ ਕਰ ਰਹੇ ਹੈ ਔਰ ਜੈਸੇ ਕਿ ਬੇਟੀਆਂ ਲੋਕ ਮਤਲਬ ਕਿ ਪਤਾ ਲੱਗਤਾ ਹੈ ਕਿ ਬੇਟੀ ਹੈ ਤੋ ਉਸਕੋ ਗਰਮ ਮੇਂ ਮਾਰ ਦੇਤੇ ਹੈ ਤੋ ਅੰਦਰ ਸੇ ਇੱਕ ਦਿਲ ਬੜਾ ਰੋਤਾ ਹੈ ਕਿ ਲੋਕ ਐਸਾ ਕਿਉਂ ਕਰਤੇ ਹੈ। ਤੋ ਇਸ ਲਈ ਹਮਨੇ ਇੱਕ ਮਾਇੰਡ ਮੇਂ ਇਸਕੋ ਜਾਦੂ ਕੇ ਮਾਧਿਅਮ ਲੋਕ ਜੋ ਸਰਕਾਰ ਹੈ ਉਹ ਇਸਕੋ ਪੈਸਾ ਇਤਨਾ ਖਰਚ ਕਰ ਰਹੀ ਹੈ ਐਡ ਕੇ ਲੀਏ ਕਿ ਬੇਟੀ ਬਚਾਓ ਬੇਟੀ ਪੜਾਓ, ਲੇਕਿਨ ਹਮ ਚਾਹਤੇ ਹੈ ਕਿ ਲੋਕ ਜੋ ਹਮਾਰੇ ਸ਼ੋਅ ਮੇਂ 100 ਰੁਪਏ ਕੀ ਟਿਕਟ ਲੇਕਰ ਅਗਰ ਆ ਰਹੇ ਹੈ ਤੋ ਉਨਕੋ ਹਮ ਜਾਦੂ ਦਿਖਾਨੇ ਕੇ ਸਾਥ ਸਾਥ ਮਨੋਰੰਜਨ ਕਰਨੇ ਕੇ ਸਾਥ ਸਾਥ ਮੈਸੇਜ ਵੀ ਦੇ ਕਿ ਉਨਕੋ ਦਿਮਾਗ ਮੇਂ ਕੁਛ ਔਰ ਅੰਦਰ ਲਗੇ ਕਿ ਯਾਰ ਜੋ ਮੈਸੇਜ ਜਾਦੂ ਕਾ ਦੇ ਰਹਾ ਇਹ ਅੱਛਾ ਹੈ, ਇਸਕੋ ਹਮ ਸਿੱਖਨੇ ਕੋ ਮਤਲਬ ਮਿਲੇ ਆਡੀਅੰਸ ਕੋ। ਅੱਜ ਦੇ ਸਮੇਂ ਜਦ ਸੋਸ਼ਲ ਮੀਡੀਆ ਸਮਾਰਟਫੋਨ ਨੇ ਪੂਰੀ ਦੁਨੀਆ ਨੂੰ ਇੱਕ ਛੋਟੀ ਜਿਹੀ ਚੀਜ਼ ਵਿੱਚ ਸੰਜੋ ਕੇ ਰੱਖ ਦਿੱਤਾ ਹੈ ਤਾਂ ਅਜਿਹੇ ਸਮੇਂ ਜਾਦੂ ਦੇ ਸ਼ੋਅ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਲਿਆਉਣਾ ਇੱਕ ਬੇਹੱਦ ਔਖਾ ਕੰਮ ਹੈ। ਪਰ ਜਿਸ ਤਰ੍ਹਾਂ ਦੀ ਸੋਚ ਨੂੰ ਅੱਗੇ ਰੱਖ ਕੇ ਸਮੇਂ ਦੀ ਲੋੜ ਮੁਤਾਬਕ ਲੋਕਾਂ ਦੀ ਸੋਚ ਵਿੱਚ ਬਦਲਾਵ ਕਰਕੇ ਇਹ ਸ਼ੋਅ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਕਾਰਜ ਹੈ। ਇਸ ਲਈ ਛੋਟੇ ਬੱਚਿਆਂ ਨੂੰ ਫੋਨ ਦੀ ਦੁਨੀਆ 'ਚੋਂ ਬਾਹਰ ਕੱਢ ਕੇ ਅਸਲ ਮਨੋਰੰਜਨ ਸਾਧਨਾਂ ਨਾਲ ਰੂਬਰੂ ਕਰਵਾਉਣ ਲਈ ਮਾਪਿਆਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਇਸ ਕਿੱਤੇ ਨੂੰ ਜ਼ਿੰਦਾ ਰੱਖਣ ਦੇ ਨਾਲ ਨਾਲ ਇਸ ਨਾਲ ਜੁੜੇ ਕਿੰਨੇ ਹੀ ਪਰਿਵਾਰਾਂ ਦਾ ਪੇਟ ਭਰਨ ਦਾ ਕੰਮ ਵੀ ਕੀਤਾ ਜਾ ਸਕੇ।